ਰੂਹਾਨੀਅਤ ਆ ਤੇ ਮਿਊਜ਼ਿਕ ਆ ਤੁਹਾਡੇ ਲਈ ਕਿੱਥੇ ਜਾ ਕੇ ਉਹ ਜੁੜਦਾ ਹੈ ਜਾਂ ਸ਼ੁਰੂ ਹੁੰਦਾ ਹੈ? ਜਿੱਥੋਂ ਸ਼ੁਰੂ ਹੁੰਦਾ ਉੱਥੇ ਖਤਮ ਹੁੰਦਾ, ਉਹੀ ਧੁਰ ਆਇਆ ਉਹੀ ਖਤਮ ਹੈ, ਉੱਥੋਂ ਹੀ ਸ਼ੁਰੂ ਉੱਥੇ ਖਤਮ, ਉਹਦੇ ਵਿੱਚ ਜੋ ਕੁਛ ਵੀ ਆ ਉਹੀ ਹੈ, ਜਿੱਥੋਂ ਸ਼ੁਰੂ ਹੋ ਰਿਹਾ ਜਿੱਥੇ ਖਤਮ ਹੋ ਰਿਹਾ ਉਹ ਇੱਕ ਓਂਕਾਰ ਉਹੀ ਹੈ। ਤੁਹਾਡੇ ਲਈ ਨੋਨ ਡੁਐਲਿਟੀ ਅਦਵਿਤੀਏ ਸਾਰਿਆਂ ਦੇ ਵਿੱਚ ਪਰਮਾਤਮਾ ਦੇ ਦਰਸ਼ਨ ਕਰਨੇ, ਸਭ ਗੋਬਿੰਦ ਹੈ ਸਭ ਗੋਬਿੰਦ ਹੈ। ਹੁਣ ਤੁਸੀਂ ਸੋ ਕਾਲਡ ਆਡੀਅੰਸ ਦੇ ਸਾਹਮਣੇ ਹੋ ਪਰ ਸਾਰੇ ਦੇ ਵਿੱਚ ਉਹੀ ਬਿਰਾਜਮਾਨ ਉਹੀ ਹੈ, ਉਹੀ ਆਪ ਹੀ ਉਹ ਗਾ ਰਿਹਾ, ਆਪ ਹੀ ਉਹ ਸੁਣ ਆ ਰਿਹਾ, ਆਪ ਹੀ ਉਹ ਦੇਖ ਰਿਹਾ, ਆਪ ਹੀ ਦਿਖਾ ਰਿਹਾ, ਉਹਦੀ ਮੌਜ ਹੈ। ਜੇ ਉਹਦੀ ਮੌਜ ਨਹੀਂ ਤਾਂ ਫਿਰ ਕੋਈ ਵੀ ਨਹੀਂ ਦੇਖਣਾ ਹੋਊਗਾ, ਉਹਦੀ ਮਰਜ਼ੀ ਹੈ। ਬੰਦੇ ਨੂੰ ਲੱਗਦਾ ਕਿ ਵੀਰੇ ਵੀ ਮੈਨੂੰ ਇੰਨੇ ਬੰਦੇ ਦੇਖਣ ਆ ਰਹੇ ਜਾਂ ਅਸੀਂ ਕਿਸੇ ਨੂੰ ਦੇਖਣ ਜਾ ਰਹੇ ਹਾਂ, ਜਦੋਂ ਉਹਦਾ ਇਸ਼ਾਰਾ ਹੋ ਜਾਂਦਾ ਉਹ ਲੋਕ ਦੇਖਣ ਪਹੁੰਚ ਜਾਂਦੇ ਆ, ਜਦੋਂ ਇਸ਼ਾਰਾ ਉਹਦਾ ਬੰਦ ਹੋ ਜਾਂਦਾ ਵੀ ਨਹੀਂ ਉਦੋਂ ਨਹੀਂ ਆਉਂਦੇ ਫਿਰ। ਸੋ ਉਹੀ ਹੈ ਜਿਹੜਾ ਦ ਚਾਈਲਡ ਨਿਊ ਜਿਹੜਾ ਅੰਦਰ ਤੁਹਾਡੇ ਦਲਜੀਤ ਜਿਹਨੇ ਇੰਨੀ ਜਰਨੀ ਹੁਣ ਤੱਕ ਬਣਾਈ ਆ, ਉਹਦੀ ਸਪਿਰਚੁਐਲਿਟੀ, ਉਹਦਾ ਹੁਕਮ, ਉਹਨੇ ਜੋ ਮਹਿਸੂਸ ਕੀਤਾ ਅਤੇ ਹੁਣ ਜੋ ਤੁਸੀਂ ਮਹਿਸੂਸ ਕਰ ਰਹੇ ਹੋ, ਕਿੱਦਾਂ ਤੁਹਾਨੂੰ ਫੀਲ ਹੋ ਰਿਹਾ? ਲਾਈਕ ਇੰਨੀ ਤੁਹਾਡੀ ਜਰਨੀ ਜਿਹੜੀ ਹੋਈ ਆ ਹੁਣ, ਉਹ 200 ਵਿੱਚ ਮਰ ਗਿਆ ਜਿਹਨੂੰ ਮੈਂ ਜਾਣਦਾ ਸੀ, ਉਹ ਮਰ ਗਿਆ 200 ਵਿੱਚ, ਹੁਣ ਉਹੀ ਹੈ। ਇਹ ਜਿਹੜੀ ਫੀਲਿੰਗ ਆ ਤੁਸੀਂ ਹਮੇਸ਼ਾ ਆਪਣੇ ਆਪ ਅੰਦਰ ਇਹਨੂੰ ਤਾਜ਼ਾ ਰੱਖਦੇ ਹੋ, ਜਿਹੜੀ ਮਤਲਬ ਕਿ ਮੈਂ ਅਤੇ ਤੂੰ ਇੱਕ ਹੀ ਹਾਂ, ਮਤਲਬ ਜੋ ਮੈਂ ਬਾਹਰ ਦੇਖ ਰਿਹਾ ਜੋ ਅੰਦਰ ਹੋ ਰਿਹਾ ਇੱਕ ਹੀ ਆ, ਪਰਦਾ ਖੁੱਲ ਗਿਆ। ਹਾਂਜੀ ਹਾਂ, ਪਰ ਇਹ ਜਦੋਂ ਤੁਸੀਂ ਦੁਨੀਆ 'ਚ ਹੈਗੇ ਆ ਜਾਂ ਇਸ ਤੁਸੀਂ ਹਿਊਮਨ ਫੋਰਮ 'ਚ ਹੈਗੇ ਆ ਇਸ ਬੋਡੀ 'ਚ, ਜਦੋਂ ਤੱਕ ਮੈਂ ਇਸ ਬੋਡੀ 'ਚ ਹੈਗਾ ਹਾਂ, 24 ਰੱਖਣਾ ਤਾਂ ਬਹੁਤ ਟਫ ਹੈ। ਸ਼ਾਇਦ ਉਹ ਅਵਸਥਾ ਵੀ ਕਦੇ 24 ਵਾਲੀ ਵੀ ਮਹਾਰਾਜ ਕਰਨਗੇ ਕਿਰਪਾ, ਪਰ 24 ਆਵਰਸ ਦੇ ਵਿੱਚ ਓਬਵੀਅਸਲੀ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਅਤੇ ਫਿਰ ਮਹਿਸੂਸ ਹੁੰਦਾ ਕਿ ਇੱਥੇ ਹੁਣ ਤੂੰ ਮੈਂ ਆ ਪਰ ਤੂੰ ਹੈ ਨਹੀਂ ਗਾ, ਤੂੰ ਜ਼ੀਰੋ ਆ। ਜੇ ਜ਼ੀਰੋ ਆ ਤਾਂ ਫਿਰ ਤੈਨੂੰ ਫਰਕ ਨਹੀਂ ਪੈਣਾ ਚਾਹੀਦਾ, ਤੈਨੂੰ ਕੋਈ ਬੁਰਾ ਬੋਲ ਰਿਹਾ, ਕੋਈ ਚੰਗਾ ਬੋਲ ਰਿਹਾ, ਕੋਈ ਗਾਲ ਕੱਢ ਰਿਹਾ, ਕੋਈ ਸਲਾਹ ਰਿਹਾ, ਅਤੇ ਉਹ ਫਿਰ ਫਰਕ ਪੈਣਾ ਨਹੀਂ ਚਾਹੀਦਾ। ਜੇ ਉਹੀ ਆ, ਆਪ ਹੀ ਤਾਂ ਬੋਲ ਰਿਹਾ, ਜੇ ਗਾਲਾਂ ਕੱਢ ਰਿਹਾ ਤਾਂ ਵੀ ਆਪ, ਜੇ ਚੰਗਾ ਬੋਲ ਰਿਹਾ ਤਾਂ ਵੀ ਆਪ, ਬਸ ਉਹ ਦੇਖਦਾ ਵੀ ਬੰਦਾ ਕਿੱਥੇ ਖੜ੍ਹਾ, ਅਤੇ ਉਹ ਗਲਤੀਆਂ ਜ਼ਰੂਰ ਹੋ ਰਹੀਆਂ। ਅਤੇ ਮੈਂ ਸ਼ੁਕਰ ਹਾਂ ਮਹਾਰਾਜ ਦਾ ਕਿ ਟਾਈਮ ਘੱਟ ਗਿਆ, ਪਹਿਲਾਂ ਸ਼ਾਇਦ ਲੇਟ ਪਤਾ ਲੱਗਦਾ ਹੋਊਗਾ, ਹੁਣ ਅਹਿਸਾਸ ਤਾਂ ਹੋ ਜਾਂਦਾ ਕਿ ਮੈਂ ਇੱਥੇ ਗਲਤ ਹਾਂ, ਹੁਣ ਮੈਂ ਆ ਗਈ ਇੱਥੇ, ਹਾਂ ਅਹਿਸਾਸ ਤਾਂ ਹੋ ਜਾਂਦਾ। ਫਿਰ ਕੋਸ਼ਿਸ਼ ਕਰੀਦੀ ਆ, ਮਾਫ਼ੀ ਮੰਗੀਦੀ ਆ, ਮਹਾਰਾਜ ਮਾਫ਼ ਕਰ ਦਿਓ, ਫਿਰ ਸਟਾਰਟ, ਛੇਤੀ ਸਾਕਸ਼ੀ ਹੋ ਜਾਂਦਾ ਬੰਦਾ ਹੁਣ ਛੇਤੀ ਹੋਣ ਲੱਗ ਪਿਆ। ਪਹਿਲਾਂ ਸ਼ਾਇਦ ਮੈਨੂੰ ਲੱਗਦਾ ਥੋੜ੍ਹਾ ਟਾਈਮ ਲੱਗਦਾ ਸੀ, ਪਤਾ ਤਾਂ ਪਹਿਲਾਂ ਵੀ ਲੱਗਦਾ ਸੀ, ਰਾਤ ਤੱਕ ਤਾਂ ਪਤਾ ਲੱਗ ਹੀ ਜਾਂਦਾ ਸੀ ਸਵੇਰ ਤੋਂ ਸ਼ਾਮ ਤੱਕ, ਪਰ ਹੁਣ ਜਿਹੜੀ ਉਹਦੀ ਟਾਈਮ ਆ ਬਹੁਤ ਘੱਟ ਗਿਆ, ਹੁਣ ਛੇਤੀ ਪਤਾ ਲੱਗ ਜਾਂਦਾ, ਹੁਣ ਸੈਕਿੰਡਸ 'ਚ ਪਤਾ ਲੱਗ ਜਾਂਦਾ ਕਿ ਸ਼ੁਕਰ ਆ ਮਹਾਰਾਜ ਦਾ, ਉਹਦੀ ਮਰਜ਼ੀ ਆ ਜੇ ਪਤਾ ਲੱਗ ਰਿਹਾ, ਜਦੋਂ ਉਹਦੀ ਮਰਜ਼ੀ ਨਾ ਹੋਈ ਫਿਰ ਹੋ ਸਕਦਾ ਸਾਲਾਂ ਨਾਲ ਪਤਾ ਲੱਗੇ, ਫਿਰ ਬੰਦਾ ਭਟਕਣ ਲੱਗੇ ਤਾਂ ਭਟਕ ਵੀ ਜਾਂਦਾ ਬੰਦਾ। ਹਾਂਜੀ, ਇੱਕ ਨਾ ਅਸੀਂ ਕਵਾਲੀ ਸੁਣ ਰਹੇ ਸੀ, ਉਹਦੇ 'ਚ ਅਨਹਦ ਨਾਦ ਦੀ ਗੱਲ ਹੋ ਰਹੀ ਸੀ, ਹੈ ਨਾ, ਅਨਹਦ ਬਾਜਾ ਵੱਜੇ, ਹੈ ਨਾ, ਸ਼ਾਹ ਦਾ, ਤੁਹਾਡੇ ਲਈ ਅਨਹਦ ਕੀ ਆ ਐਜ਼ ਅ ਮਿਊਜ਼ੀਸ਼ੀਅਨ? ਯੂ ਨੋ ਗੁਰੂ ਨਾਨਕ ਦੇਵ ਜੀ ਲਈ ਵੀ ਅਨਹਦ ਨਾਦ ਸੁਣਨਾ, ਹੈ ਨਾ, ਅਤੇ ਤੁਹਾਡੇ ਲਈ ਅਨਹਦ ਕੀ ਆ, ਹੱਦ ਕੀ ਆ ਅਤੇ ਅਨਹਦ ਕੀ ਆ ਤੁਹਾਡੇ ਲਈ? ਇਹ ਕੰਟਰੋਵਰਸ਼ਲ ਹੋ ਜਾਣਾ ਇਹਦਾ ਜਵਾਬ, ਇਹਦਾ ਜਵਾਬ ਕੰਟਰੋਵਰਸ਼ਲ ਹੋ ਜਾਣਾ, ਕਿਉਂਕਿ ਬਹੁਤ ਸਾਰੇ ਬੰਦੇ ਰੈਡੀ ਆ ਸੁਣ ਲਈ, ਬਹੁਤ ਸਾਰੇ ਬੰਦਿਆਂ ਨੇ ਇੱਕ ਆਪਣਾ ਪਰਸਪੈਕਟਿਵ ਬਣਾਇਆ ਕਿ ਇਹ ਅਨਹਦ ਨਾਦ ਹੈ, ਉਹਨਾਂ ਦੇ ਲਈ ਉਸ ਚੀਜ਼ ਨੂੰ ਤੋੜਨਾ ਬਹੁਤ ਮੁਸ਼ਕਿਲ ਹੈ। ਸੋ ਮੈਂ ਕਿਸੇ ਨੂੰ ਹਰਟ ਨਹੀਂ ਕਰਨਾ ਚਾਹੁੰਦਾ,
ਮੈਂ ਚਾਹੁੰਦਾ ਕਿ ਮਹਾਰਾਜ ਕਿਰਪਾ ਕਰਨ, ਸਾਰਿਆਂ ਨੂੰ ਸੁਣੇ। ਲਾਸਟ ਕੁਐਸਚਨ ਹੀ ਆ, ਮਤਲਬ ਇਹ ਤੁਸੀਂ ਥੋੜ੍ਹਾ ਹੋਰ ਇਹਨੂੰ ਡੀਪ 'ਚ ਦੱਸ ਸਕਦੇ ਆ, ਸ਼ੂਨਿਆ ਅਵਸਥਾ ਕੀ ਆ ਤੁਹਾਡੇ ਲਈ? ਤੁਸੀਂ ਮਤਲਬ ਸ਼ੂਨਿਆ, ਤੁਸੀਂ ਸ਼ੂਨਿਆ 'ਚ ਜਾ ਕੇ ਲਾਈਕ ਵਿਦ ਇਨ ਯੋਰ ਸੈਲਫ, ਆਪਣੇ ਆਪ 'ਚ ਜਾ ਕੇ ਹਾਊ ਡੂ ਯੂ ਫੀਲ ਰਾਈਟ ਨਾਓ ਇਨਸਾਈਡ ਯੂ? ਟਰਾਈ ਮੈਂ ਕਰਦਾ 100%, ਜਦੋਂ ਯੋਗਾ ਕਰਦਾ ਉਦੋਂ ਸ਼ੂਨਿਆ ਹੁੰਦਾ, ਫਿਰ ਵੀ ਕਈ ਵਾਰੀ ਕੋਈ ਵਿਚਾਰ ਆਉਂਦਾ ਅਤੇ, ਪਰ ਬਹੁਤ ਟਾਈਮ ਬੈਸਟ ਟਾਈਮ ਹੁੰਦਾ ਜਦੋਂ ਮੈਂ ਯੋਗਾ ਕਰ ਰਿਹਾ ਹੁੰਦਾ। ਹੱਠ ਯੋਗਾ, ਯੋਗਾ ਯੋਗ ਪਹਿਲਾਂ ਕਹਿੰਦੇ ਸੀ, ਅਤੇ ਮੈਡੀਟੇਸ਼ਨ ਮੇਰੇ ਲਈ ਸਭ ਇੱਕੋ ਹੀ ਹੈ। ਜਦੋਂ ਕਲੀਅਰ ਹੁੰਦੀ ਹੈ ਚੀਜ਼, ਜਦੋਂ ਐਨਰਜੀ ਕਲੀਅਰ ਹੁੰਦੀ ਹੈ, ਫਿਰ ਧਿਆਨ ਆਪਣੇ ਆਪ ਜੁੜ ਜਾਂਦਾ। ਔਰ ਮੈਨੂੰ ਲੱਗਦਾ ਧਿਆਨ ਸਿਰਫ ਉਦੋਂ ਨਹੀਂ ਜੁੜਦਾ ਕਿ ਜਦੋਂ ਤੁਸੀਂ ਧਿਆਨ ਕਰਨ ਲਈ ਬਹਿ ਗਏ। ਜਦੋਂ ਤੁਸੀਂ ਜਿਮ 'ਚ ਜਾਂਦੇ ਆ, ਬੋਡੀ ਜਿਮ 'ਚ ਨਹੀਂ ਬਣਦੀ, ਬੋਡੀ ਬਣਦੀ ਆ ਤੁਹਾਡੇ ਸਾਰੇ ਦਿਨ ਦੇ ਡਿਸਿਪਲਿਨ ਨਾਲ। ਧਿਆਨ ਤੁਹਾਡਾ ਬਹਿ ਕੇ ਨਹੀਂ ਜੁੜਨਾ, ਧਿਆਨ ਤੁਹਾਡੇ ਡਿਸਿਪਲਿਨ ਨੇ ਜੁੜਨਾ, ਜਿੱਦਾਂ ਤੁਸੀਂ ਦੁਨੀਆ ਨਾਲ ਵਿਚਰ ਰਹੇ ਸਾਰੇ ਦਿਨ 'ਚ। ਸੋ ਉਹ ਕਾਊਂਟ ਹੋਣਾ ਜਦੋਂ ਤੁਸੀਂ ਬਹਿਣਾ, ਫਿਰ ਪਤਾ ਵੀ ਨਹੀਂ ਲੱਗਣਾ ਤੁਹਾਡਾ ਧਿਆਨ ਕਦੋਂ ਜੁੜ ਜਾਣਾ, ਪਤਾ ਨਹੀਂ ਲੱਗਣਾ ਉਹਨੇ ਕਦੋਂ ਕਿਰਪਾ ਕਰ ਦੇਣੀ ਆ। ਸੋ ਕਾਊਂਟ ਕਰਦਾ, ਮੈਨੂੰ ਲੱਗਦਾ ਜਿਹੜਾ ਮੈਂ ਪਰਸਨਲ ਐਕਸਪੀਰੀਅੰਸ ਦੱਸ ਸਕਦਾ, ਕਾਊਂਟ ਕੀ ਕਰਦਾ, ਕਾਊਂਟ ਜਿਮ 'ਚ ਵਰਕਆਊਟ ਕਰਨਾ ਕਾਊਂਟ ਨਹੀਂ ਕਰਦਾ, ਡਿਸਿਪਲਿਨ ਕਾਊਂਟ ਕਰਦਾ। ਤੁਸੀਂ ਫੂਡ ਕੀ ਖਾਂਦੇ ਆ, ਉਸ ਹਿਸਾਬ ਨਾਲ ਤੁਹਾਡੀ ਬੋਡੀ ਰਿਫਲੈਕਟ ਕਰੂਗੀ। ਸੋ ਜਿੱਦਾਂ ਤੁਸੀਂ ਲੋਕਾਂ ਨਾਲ ਵਿਚਰਦੇ ਆ, ਜਿੱਦਾਂ ਤੁਸੀਂ ਵਿਵਹਾਰ ਕਰ ਰਹੇ ਲੋਕਾਂ ਨਾਲ, ਕੋਈ ਚਲਾਕੀ ਕਰ ਰਹੇ ਆ ਜਾਂ ਬੰਦੇ ਨੂੰ ਲੱਗਦਾ ਮੈਂ ਇੱਥੇ ਐਂ ਕਰ ਗਿਆ, ਆ ਹੋ ਗਿਆ, ਇਹਨੂੰ ਪਤਾ ਨਹੀਂ ਲੱਗਾ, ਉਹ ਸਾਰੀਆਂ ਚੀਜ਼ਾਂ ਨੇ ਤੁਹਾਨੂੰ ਉਦੋਂ ਤੱਕ ਪਿੱਛਾ ਨਹੀਂ ਛੱਡਣਾ। ਤੁਸੀਂ ਜਿੰਨੀ ਮਰਜ਼ੀ ਟਰਾਈ ਕਰ ਲਓ ਬਹਿਣ ਦੀ, ਚੌਂਕੜਾ ਉਦੋਂ ਹੀ ਵੱਜਣਾ ਜਦੋਂ ਸਾਰੀਆਂ ਚੀਜ਼ਾਂ ਕਲੀਅਰ ਹੋ ਗਈਆਂ। ਫਿਰ ਮਹਾਰਾਜ ਨੇ ਕਦੇ ਵੀ ਕਿਰਪਾ ਕਰ ਦੇਣੀ, ਫਿਰ ਤਾਂ ਸੈਕਿੰਡ ਲੱਗਦੇ ਆ ਮਹਾਰਾਜ ਕਹਿੰਦੇ। ਤੇ ਇੱਕ ਤੁਸੀਂ ਜੋ ਦੇਖਦੇ ਆ ਸਾਹਮਣੇ, ਤੁਹਾਨੂੰ ਕਾਹਦੇ ਦਰਸ਼ਨ ਹੋ ਰਹੇ ਆ? ਆਡੀਅੰਸ 'ਚ ਕੀ ਦੇਖ ਰਿਹਾ ਤੁਹਾਨੂੰ? ਇੱਕ ਤਾਂ ਬੱਚਿਆਂ 'ਚ ਚਾਅ ਬਹੁਤ ਆ ਇੱਥੇ ਆਉਣ ਦਾ, ਹੈ ਨਾ, ਸਾਰੇ ਲਈ ਇੱਕ ਬਹੁਤ ਹੀ ਵੱਡਾ ਡੇ ਆ ਨਾ, ਤੁਹਾਨੂੰ ਕੀ ਦੇਖ ਰਿਹਾ ਉੱਥੇ? ਤੁਹਾਡੇ ਲਈ ਕੀ ਦਰਸ਼ਨ ਹੋ, ਉਹ ਤੁਹਾਨੂੰ ਦਰਸ਼ਨ ਕਰਨਾ ਹੈ, ਤੁਸੀਂ ਕੀ ਉੱਥੇ ਦਰਸ਼ਨ ਕਰ ਰਹੇ ਹੋ, ਮਤਲਬ ਪਰਮਾਤਮਾ ਦੇ ਨਾਲ ਉਹਨੂੰ ਲਿੰਕ ਕਰਕੇ? ਆਕਾਰ ਤਾਂ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦਾ, ਨਾ ਰੂਪ ਨਾ ਰੇਖ ਨਾ ਰੰਗ, ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੁਪ੍ਰਸੰਨ। ਰੂਪ ਰੇਖ ਅਤੇ ਰੰਗ ਤੋਂ ਤਾਂ ਬਾਹਰ ਹੈ ਉਹ, ਇਹਨਾਂ ਤੋਂ ਬਾਹਰ ਹੀ ਦੇਖਣ ਦੀ ਕੋਸ਼ਿਸ਼ ਕਰਦਾ ਮੈਂ। ਨਾ ਮੇਰੇ ਲਈ ਕੋਈ ਰੂਪ ਹੈ, ਨਾ ਰੇਖ ਹੈ, ਨਾ ਕੋਈ ਰੰਗ ਹੈ। ਜਿਹੜੀ ਵੀ ਕੋਈ ਕਮਿਊਨਿਟੀ ਦਾ ਬੰਦਾ ਆਇਆ, ਸਾਰਿਆਂ ਨੂੰ ਸਵਾਗਤ। ਉਹੀ ਹੈ ਕਮਿਊਨਿਟੀਜ਼, ਤਾਂ ਚਲੋ ਗਾਹਾਂ ਬਣ ਗਈਆਂ, ਕਹਿ ਲਓ ਕਮਿਊਨਿਟੀ ਸੈਂਟਰਸ ਬਣ ਗਏ ਗਾਹਾਂ ਤੋਂ ਗਾਹਾਂ, ਪਰ ਹੈ ਤਾਂ ਉਹ ਆਪ ਹੀ ਹੈ।